ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਤੋਂ ਹੀ ਬਾਰਡਰ ਨਾਲ ਲੱਗਦੇ ਇਲਾਕਿਆਂ ਦਾ ਪੰਜਾਬ 'ਚ ਦੌਰਾ ਕਰ ਰਹੇ ਨੇ, ਅੱਜ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ 'ਚ ਆਏ ਹੋਏ ਨੇ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੋ ਕਰਤਾਰਪੁਰ ਕੋਰੀਡੋਰ ਜਿੱਥੇ ਬਣਨਾ ਉੱਥੇ ਦੌਰਾ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਥਾਣੇ 'ਚ ਨਿਰੀਖਣ ਕਰ ਰਹੇ ਨੇ। ਇੱਥੇ ਪੁਲਿਸ ਕਰਮੀਆਂ ਨੂੰ ਮਿਲ ਰਹੇ ਨੇ, ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ, ਡੇਰਾ ਬਾਬਾ ਨਾਨਕ ਦੇ MLA ਔਰ ਕੈਬਨਿਟ ਮੰਤਰੀ ਨੇ। ਰੰਧਾਵਾ ਸਾਹਿਬ, ਅੱਜ ਕੈਪਟਨ ਸਾਹਿਬ ਆ ਰਹੇ ਨੇ, ਲੋਕਾਂ ਨੂੰ ਬੂਸਟ ਕਰਨ ਆਏ ਨੇ, ਤਗੜੇ ਹੋ ਕੇ ਦੋਨਾਂ ਸਾਈਡਾਂ 'ਤੇ ਆਰਮੀ ਨੂੰ ਵੀ ਕਰ ਜਾਣ ਮਿਲਣ, BSF ਪੁਲਿਸ ਸਾਰਿਆਂ ਨੂੰ ਮਿਲ ਕੇ ਪਾਕਿਸਤਾਨ ਵੱਲੋਂ ਜੋ ਜੈਸਚਰਸ ਦਿਖਾਏ ਜਾ ਰਹੇ ਨੇ ਉਹਦਾ ਫਾਇਦਾ ਹੋਏਗਾ ਆਉਣ ਵਾਲੇ ਦਿਨਾਂ 'ਚ? ਬਿਲਕੁਲ ਹੋਏਗਾ, ਬਿਲਕੁਲ ਹੋਏਗਾ। ਵੇਖੋ ਜੋ ਉਹਨਾਂ ਨੇ ਕਰ ਰਹੇ ਨੇ, ਕੋਈ ਕੰਟਰੀ ਵੀ ਨਹੀਂ ਚਾਹੁੰਦੀ ਹੁੰਦੀ ਕਿ ਸਾਡਾ ਨੁਕਸਾਨ ਹੋਏ। ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਹਲਕੇ 'ਚ ਕੀ ਖਾਮੀਆਂ ਦੇਖੀਆਂ ਹੋਣਗੀਆਂ? ਮੇਰੇ ਖਿਆਲ 'ਚ ਖਾਮੀ ਤਾਂ ਕੋਈ ਨਹੀਂ, ਕਿਉਂਕਿ ਪਹਿਲਾਂ ਹੀ ਸਭ ਕੁਝ ਇੱਥੇ ਆਰਮੀ, BSF ਔਰ ਪੰਜਾਬ ਪੁਲਿਸ ਜਿਹੜੀ ਹੈ ਤੁਸੀਂ ਦੇਖ ਹੀ ਰਹੇ ਹੋ। ਡਿਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ, ਡਿਵੈਲਪਮੈਂਟ ਮੁੱਦਿਆਂ ਨੂੰ ਪੈਸੇ ਬਹੁਤ ਦਿੱਤਾ, ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਬਹੁਤ ਪੈਸਾ ਆਇਆ, 25 ਕਰੋੜ ਪਹਿਲਾਂ ਹੁਣ ਦਿੱਤਾ, 9 ਕਰੋੜ ਸਾਡਾ ਪਹਿਲਾ ਕੋਰੀਡੋਰ, ਜਿਹੜੀ ਸਾਡੇ ਗੇਟ ਵੀ ਜਿਹੜੇ ਇੱਥੇ ਬਣਨੇ ਸੀ ਹੈਰੀਟੇਜ ਲਈ, 6 ਕਰੋੜ ਦਾ ਜਿਹੜਾ ਸਾਡਾ ਟੈਂਡਰ ਪਾਸ ਹੋ ਗਿਆ, ਇਮੀਡੀਏਟਲੀ ਕੰਮ ਕਰਨ ਲੱਗਿਆ, ਔਰ 1.5 ਕਰੋੜ ਦੀ ਪਾਰਕਿੰਗ ਜਿਹੜੀ ਪਾਰਕ ਜਿਹੜੀ ਉਹ ਸਟਾਰਟ ਕਰ ਦਿੱਤੀ। ਧੰਨਵਾਦ।